ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਰਾਧਾ ਸੁਆਮੀ। ਆਓ ਅੱਜ ਆਪਾਂ ਐਤਵਾਰ 23 ਜੂਨ ਸਤਸੰਗ ਨੂੰ ਰਿਵਾਈਜ਼ ਕਰੀਏ, ਕਿਉਂਕਿ ਰਿਵੀਜ਼ਨ ਬਹੁਤ ਜ਼ਰੂਰੀ ਹੈ। ਸਤਸੰਗ ਦੇ ਮੇਨ ਪੁਆਇੰਟਸ, ਪਹਿਲਾ ਪੁਆਇੰਟ ਰਿਸ਼ਤਾ। ਪਾਠੀ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਰਿਸ਼ਤਾ ਅਰਦਾਸ ਦੇ ਨਾਲ ਨਹੀਂ, ਮੱਥਾ ਟੇਕਣ ਦੇ ਨਾਲ ਨਹੀਂ, ਕੇਵਲ ਭਜਨ ਸਿਮਰਨ ਦੇ ਥਰੂ ਹੀ ਬਾਬਾ ਜੀ ਨਾਲ ਰਿਸ਼ਤਾ ਜੋੜਿਆ ਜਾ ਸਕਦਾ ਹੈ। ਦੂਸਰਾ ਪੁਆਇੰਟ, ਬਿਨ ਬੋਲੀਆਂ ਸਭ ਕੁਛ ਜਾਣਦਾ। ਪਰਮਾਤਮਾ ਦੇ ਅੱਗੇ ਬਾਰ ਬਾਰ ਅਰਦਾਸ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਹੜਾ ਦੇਣਾ ਜਾਣਦਾ ਹੈ ਉਹ ਇਹ ਵੀ ਜਾਣਦਾ ਹੈ ਕਿ ਸਾਡੇ ਵਾਸਤੇ ਕੀ ਠੀਕ ਹੈ, ਇਸ ਕਰਕੇ ਬਾਰ ਬਾਰ ਮੰਗਣਾ ਨਹੀਂ। ਤੀਸਰਾ ਪੁਆਇੰਟ, ਲਾਇਕ ਬੱਚਾ। ਲਾਇਕ ਬੱਚਾ ਜਦੋਂ ਕੋਈ ਸਤਸੰਗੀ ਭਜਨ ਸਿਮਰਨ 'ਤੇ ਬੈਠਦਾ ਹੈ ਉਹ ਬਾਬਾ ਜੀ ਦਾ ਲਾਇਕ ਬੱਚਾ ਹੈ, ਔਰ ਲਾਇਕ ਬੱਚੇ ਨੂੰ ਜਿਸ ਤਰ੍ਹਾਂ ਮਾਂ ਬਾਪ ਪਸੰਦ ਕਰਦੇ ਹਨ ਇਸੇ ਤਰ੍ਹਾਂ ਬਾਬਾ ਜੀ ਵੀ ਪਸੰਦ ਕਰਦੇ ਹਨ। ਚੌਥਾ ਪੁਆਇੰਟ, ਸੇਵਾ। ਚਾਹੇ ਜਿੰਨੀ ਮਰਜ਼ੀ ਗਰਮੀ ਹੋਵੇ, ਜਿੰਨੀ ਮਰਜ਼ੀ ਸਰਦੀ ਹੋਵੇ, ਸੇਵਾ ਕਦੀ ਮਿਸ ਨਹੀਂ ਕਰਨੀ। ਜਦੋਂ ਮੌਕਾ ਮਿਲੇ, ਕੋਈ ਬਹਾਨੇਬਾਜ਼ੀ ਨਹੀਂ, ਅੱਜ ਠੰਡ ਜ਼ਿਆਦਾ ਹੈ, ਅੱਜ ਗਰਮੀ ਜ਼ਿਆਦਾ ਹੈ, ਸੇਵਾ ਜ਼ਰੂਰ ਕਰਨੀ ਹੈ। ਫਿਫਥ ਪੁਆਇੰਟ, ਸਤਸੰਗੀ। ਪਾਠੀ ਜੀ ਨੇ ਕਿਹਾ